हाँ जी, सत श्रीकाल जी सारे, होप सो तुसी सारे ने वधिया होंगे ते वेलकम आ तुहाडा सारे दा अपने YouTube चैनल वीरपाल कौर 18 ते व्लॉग दी आपां करती शुरुआत। लास्ट व्लॉग तुसी देखिया सीगा, लास्ट नाल आपां 2-3 दिन व्लॉग नहीं सी शूट कीते, बट अज आपां व्लॉग शूट करना सी बिकॉज आपां तुहाडे नाल एक गुड न्यूज़ शेयर करनी सीगी। लास्ट व्लॉगां च आपां कदे कदे हिंट दिंदे भी हुंदे सीगे, पर जिन्हां ने गैस करना सी किसे ने नहीं कीता, जिन्हां ने गैस करना सी किसे ने नहीं कीता भी की चल रहा है ना, आने वाले दिनों च की सरप्राइज मिलेगा, किसी ने कुछ नहीं पता, इन्हों नहीं पता सी, किसी रिश्तेदार नु पता सीगा, किसी ए सबरीन नु तो हुण पता लग गया, आन गवान नु नहीं पता सी, किसी है ना सबरीन, किसी नु नहीं पता सीगा। ते फाइनली मीरपाल दा आ गया वीजा। वैसे ना मैनू पहला मैं सोचा सीगा भी हजे रिवील नहीं करदे, क्योंकि ਆਏ ਸੀਗਾ ਵੀ ਸ਼ੋਪਿੰਗ ਵਗੈਰਾ ਕਰਕੇ ਹੈ ਨਾ, ਟਿਕਟ ਵਗੈਰਾ ਫਾਈਨਲ ਕਰਕੇ ਫਿਰ ਉਸ ਤੋਂ ਬਾਅਦ ਰਿਵੀਲ ਕਰਾਂਗੇ, ਬਟ ਫਿਰ ਮੈਂ ਸੋਚਿਆ ਵੀ ਚਲੋ ਕੋਈ ਨਹੀਂ, ਹਜਮ ਨਹੀਂ ਆਈ, ਹਜਮ ਨਹੀਂ ਆਈ, ਵੈਸੇ ਸਹੀ ਗੱਲ ਹਜਮ ਨਹੀਂ ਆਈ, ਸਾਡੇ ਹਜਮ ਆਉਂਦੀ ਵੀ ਨਹੀਂ ਹੁੰਦੀ, ਸਾਨੂੰ ਆਏ ਨਹੀਂ ਹੁੰਦਾ ਵੀ ਜਿਹੜੀ ਗੱਲ ਆਪਾਂ ਉਹ 5-7 ਦਿਨ ਪਹੁੰਚਾ ਲਈਏ, ਉਹ ਪਹੁੰਚਦੀ ਨਹੀਂ ਹੈਗੀ ਆਪਣੇ, ਤਾਂ ਕਰਕੇ ਮੈਂ ਸੋਚਿਆ ਵੀ ਚੱਲ ਆਪਾਂ ਵੀਜ਼ਾ ਰਿਵੀਲ ਕਰਦੇ ਹਾਂ। ਇਹ ਵੀਰਪਾਲ ਕਹਿੰਦੀ ਸਾਰਿਆਂ ਨੂੰ ਕਿਉਂ ਦੱਸਣਾ ਹੈ, ਕੱਲੇ ਕੱਲੇ ਨੂੰ ਫੋਨ ਕਰਕੇ ਵਲੌਗ ਹੀ ਪਾ ਦੇਣੇ, ਵਲੌਗ ਹੀ ਪਾ ਦੇਣਾ, ਤਾਂ ਸਾਰਿਆਂ ਦੇ ਫੋਨ ਆਉਣੇ ਵੀ ਦੱਸਿਆ ਨਹੀਂ, ਸੋ ਸੋਰੀ, ਆਪਾਂ ਪਹਿਲਾਂ ਹੀ ਸੋਰੀ ਮੰਗ ਲੈਂਦੇ ਆ ਵੀ ਦੱਸਿਆ ਨਹੀਂ, ਕਿਉਂਕਿ ਐਂ ਸੀਗਾ ਵੀ ਜੇ ਵੀਜ਼ਾ ਆਜੂਗਾ ਫਿਰ ਹੀ ਦੱਸਾਂਗੇ ਨਾ, ਵੀਜ਼ੇ ਤੋਂ ਪਹਿਲਾਂ ਹੁਣ ਦੱਸਣ ਦਾ ਕੋਈ ਐਡਾ ਮੈਨੂੰ ਖਾਸ ਮੁੱਦਾ ਲੱਗਿਆ ਨਹੀਂ, ਤਾਂ ਕਰਕੇ ਆਪਾਂ ਫਿਰ ਅੱਜ ਰਿਵੀਲ ਕਰਤਾ, ਬਟ ਆਪਾਂ ਹਜੇ ਇਹ ਵੀ ਤੁਹਾਨੂੰ ਬਾਅਦ 'ਚ ਦੱਸਾਂਗੇ ਵੀਜ਼ਾ ਆਪਣਾ ਕਿਹੜਾ ਆ, ਕਿਹੜੇ ਡੇਕ ਜਾਣਾ ਆਪਾਂ, ਜਾਂ ਕਿਹੜੀ ਡੇਟ ਨੂੰ ਜਾਣਾ, ਕਦੋਂ ਜਾਣਾ, ਸ਼ੋਪਿੰਗ ਆਪਣੀ ਸ਼ੁਰੂ ਹੋ ਜਾਊਗੀ ਹੁਣ, ਬਟ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਉਹ ਆਪਾਂ ਨੈਕਸਟ ਹੈ। ਕਿਹੜੇ ਸ਼ਹਿਰ ਤੋਂ ਕਰਨੀ ਹੈ ਸ਼ੋਪਿੰਗ? ਯਾ ਦੱਸੋ ਤੁਸੀਂ ਮੈਂ ਕਿਹੜੇ ਸ਼ਹਿਰ ਤੋਂ ਕਰਨੀ ਹੈ ਸ਼ੋਪਿੰਗ? ਇਹਨੂੰ ਆਇਆ ਵੀ ਮੈਂ ਹਰੇਕ ਚੀਜ਼ ਰਿਵੀਲ ਕਰਦਾ, ਚੁੱਪ ਇਹਨੂੰ ਚੁੱਪ ਕਰਾਂਗੇ ਬਿਟਾਓ, ਇਹ ਸਾਰੀਆਂ ਚੀਜ਼ਾਂ ਰਿਵੀਲ ਕਰ ਦੂੰਗੀ ਨਹੀਂ, ਕਿਉਂਕਿ ਇਹਨੂੰ ਰਾਤ ਦਾ ਜਦੋਂ ਦਾ ਪਤਾ ਲੱਗਿਆ ਇਹਨੇ ਸਾਰੇ ਅੰਤਰ ਲੈ ਲਏ ਸਾਡੇ, ਕਦੇ ਅਮਰਿੰਦਰ ਕੋਲ ਜਾਂਦੀ ਦੀ ਆ ਕੇ ਲਾਏ ਹੋਊਗੀ, ਕਦੇ ਉਹਦੇ ਕੋਲ ਜਾਂਦੀ ਆ, ਕਦੇ ਸਾਨੂੰ ਤਾਂ ਸੀਗਾ ਵੀ ਅਮਰਿੰਦਰ ਦੀ ਪਹਿਲਾਂ ਜਾਊਗੀ, ਸਾਨੂੰ ਪਤਾ ਨਹੀਂ ਸੀ ਵੀ ਵੀਰਪਾਲ ਦੀ ਪਹਿਲਾਂ ਜਾਊਗੀ, ਬੇਚਾਰੀ ਕਿਊਟ ਦੀ ਜਿਹਨੇ ਪਹਿਲਾਂ ਜਾਣਾ ਸੀਗਾ, ਤੇ ਇੱਧਰ ਹੋਰ ਹੀ ਕੰਮ ਹੋ ਗਿਆ ਵਿਚਾਰਿਆਂ ਦਾ, ਤੇ ਪਰ ਆਇਆ ਇਹਨਾਂ ਨੂੰ ਅਗਲੇ ਸਾਲ ਦੋਨੇ ਨੀ ਮਿਲਣੇ ਇੱਥੇ ਖੇਡਣ ਨੂੰ ਵੀ, ਕਾਕੂ ਮਿਲੂਗਾ ਕਹਿੰਦੀ ਖੇਡਣ ਨੂੰ, ਦੀਦੀ ਦੀਆਂ ਤਾਂ ਹੋਣਗੀਆਂ, ਚੱਲ ਕੋਈ ਨੀ ਦੀਦੀ ਨੂੰ ਮਿਸ ਕਰਾਏਗਾ। ਇਹੀ ਗੁੱਡ ਨਿਊਜ਼ ਸੀਗੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਵੈਸੇ ਤਾਂ ਤੁਹਾਨੂੰ ਵਲੌਗ ਦੀ ਸਟਾਰਟਿੰਗ ਤੋਂ ਪਹਿਲੇ ਥੰਬਨੇਲ ਦੇਖ ਕੇ ਪਤਾ ਲੱਗ ਜੂਗਾ ਹਨਾ ਵੀ ਆਪਾਂ ਕੀ ਗੁੱਡ ਨਿਊਜ਼ ਦੇਣੀ, ਤਾਂ ਹੀ ਆਪਾਂ ਸਟਾਰਟਿੰਗ 'ਚ ਦੱਸਤੀ, ਹਾਂ ਨਾਲੇ ਆਪਾਂ ਸਟਾਰਟਿੰਗ 'ਚ ਦੱਸਤੀ, ਮੈਂ ਕਿਹਾ ਨਹੀਂ ਵੀ ਹੁਣ ਲਾਸਟ ਤੱਕ ਕਿੱਥੇ ਵੇਟ ਕਰਾਂਗੇ, ਜਦੋਂ ਮਾਰਨਿੰਗ ਜਦੋਂ ਕੱਲ੍ਹ ਸ਼ਾਮ ਨੂੰ ਪਤਾ ਲੱਗਿਆ, ਪਹਿਲਾਂ ਮੈਨੂੰ ਆਇਆ ਸੀ ਮੈਂ ਕਿਹਾ ਵਲੌਗ ਹੁਣੇ ਸ਼ੁਰੂ ਕਰ ਲਾ, ਪਰ ਅਮਰਿੰਦਰ ਕਹਿੰਦੀ ਨਹੀਂ ਨਹੀਂ ਆਪਾਂ ਮਾਰਨਿੰਗ ਸ਼ੁਰੂ ਕਰਾਂਗੇ, ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਮਾਰਨਿੰਗ ਸ਼ੁਰੂ ਕਰ ਲਾਂਗੇ, ਦੱਸਾਂ ਇੰਨਾ ਨਹੀਂ ਦੱਸਦੇ ਹੁੰਦੇ, ਇੰਨੀ ਚੀਜ਼ਾਂ ਰਿਵੀਲ ਕਰਦੇ ਹੁੰਦੇ ਪਾਗਲੇ, ਛੋਟੇ ਬੱਚੇ ਇਹਨਾਂ ਨੂੰ ਆਈ ਪਤਾ ਕਿਹੜੇ, ਦੱਸਾਂਗੇ ਆਪਾਂ ਸਾਰੀ ਡਿਸਕ੍ਰਿਪਸ਼ਨ, ਇੱਕ ਵਲੌਗ ਬਣਾਵਾਂਗੇ ਕਿਵੇਂ 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 ਕੀ ਪ੍ਰੋਸੈਸ ਸੀਗਾ, ਕਿੰਨਾ ਟਾਈਮ ਲੱਗਿਆ, ਉਹ ਸਾਰੀ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਟ ਸੂਨ, ਤੇ ਹੁਣ ਆਪਾਂ ਕਰਦੇ ਹਾਂ ਅੱਜ ਵਲੌਗ ਨੂੰ ਸ਼ੁਰੂ, ਉਹੀ ਕੰਮ ਕਰ, ਚਾਹੇ ਵੀਜ਼ਾ ਆ ਜਾਏ, ਚਾਹੇ ਕੋਈ ਮਰਜ਼ੀ ਆ ਜਾਏ, ਕੰਮ ਕਰਤਾ, ਜੋਤ ਭਾਬੀਆਂ ਨੂੰ ਚਾਹੇ ਮਲੇਸ਼ੀਆ ਘੁੰਮਿਆ, ਕਹਿੰਦੇ ਚਾਹੇ ਦੁਬਈ, ਝਾੜੂ ਤਾਂ ਲਾਉਣੇ ਪੈਣੇ, ਝਾੜੂ ਤਾਂ ਲਾਉਣਾ ਹੀ ਪੈਣਾ, ਤੇ ਹੁਣ ਆਪਾਂ ਕੰਮ ਕਾਰ ਕਰਦੇ ਹਾਂ, ਉਧਰੋਂ ਮਸ਼ੀਨ 'ਚ ਕੱਪੜੇ ਪਾਏ ਪਏ ਆ, ਉਹ ਵੀ ਧੋਣੇ ਆ, ਤੇ ਝਾੜੂ ਲਾਉਣੇ ਆ, ਪੋਚਾ ਲਾਉਣੇ ਆ, ਤੇ ਉਸ ਤੋਂ ਬਾਅਦ ਆਪਾਂ ਬਸ ਹੁਣ ਥੋੜ੍ਹਾ ਜਿਹਾ ਟਾਈਮ ਠਹਿਰ ਕੇ ਨਾ ਆਪਾਂ ਜਿਹੜੀ ਸ਼ੋਪਿੰਗ ਸ਼ੁਰੂ ਕਰਾਂਗੇ, ਤੇ ਸ਼ੋਪਿੰਗ ਦੇ ਵਲੌਗ ਤੁਹਾਡੇ ਨਾਲ ਨਾਲ ਦੀ ਨਾਲ ਆਉਂਦੇ ਰਹਿਣਗੇ, ਜਿੱਦਾਂ ਤੁਹਾਨੂੰ ਪਤਾ ਹੀ ਵੀ ਜਦੋਂ ਆਪਾਂ ਬਠਿੰਡੇ ਵਗੈਰਾ ਜਾਂਦੇ ਹਾਂ ਉਦੋਂ ਤੁਹਾਡੇ ਨਾਲ ਵਲੌਗ ਤਾਂ ਜ਼ਰੂਰ ਸ਼ੇਅਰ ਕਰਦੇ ਹੀ ਹਾਂ, ਤੇ ਹੁਣ ਜਿਹੜੇ ਆਪਣੀ ਸ਼ੋਪਿੰਗ ਦੇ ਵਲੌਗ ਹੋਣਗੇ ਉਹ ਤਾਂ ਥੋੜ੍ਹੇ ਜਿਹੇ ਚਲੋ ਕਰੀਏ ਕੰਮ ਜ਼ਰੂਰੀ ਹੋਣਗੇ ਸ਼ੇਅਰ ਕਰਨਗੇ, ਫਿਰ ਤਾਂ ਕਰਕੇ ਉਹ ਸ਼ੇਅਰ ਜ਼ਰੂਰ ਕਰਾਂਗੇ, ਤੇ ਹੁਣ ਆਪਾਂ ਕਰਦੇ ਕੰਮ ਕਰਦੇ, ਹੁਣ ਨਾ ਤਾਂ ਮੈਂ ਦੱਸ ਰਿਹਾ ਡਿਸਕ੍ਰਿਪਸ਼ਨ ਵਾਲੇ ਅੰਦਰ ਲੈਂਦੀਆਂ ਹਰੇਕ ਚੀਜ਼ ਦੇ ਦੀ ਕੀ ਕੀ ਕਿਵੇਂ ਕਿਵੇਂ ਕੀ ਕੀ ਚੀਜ਼ ਹੋਊਗੀ, ਹੁਣ ਇਹਨੂੰ ਸਾਰੀ ਪਤਾ, ਇਹਦਾ ਮੂੰਹ ਆਏ ਕਰਕੇ ਰੱਖਣਾ ਪਊਗਾ, ਕਈ ਵਾਰੀ ਇਹ ਕੋਈ ਚੀਜ਼ ਰਿਵੀਲ ਕਰਦੇ ਰਿਵੀਲ, ਕਿਉਂਕਿ ਉਹ ਆਪਾਂ ਵਲੌਗਾਂ ਦੇ ਨੈਕਸਟ ਨੈਕਸਟ 'ਚ ਕਰੀ ਜਾਣਾ ਥੋੜ੍ਹੀ ਥੋੜ੍ਹੀ, ਠੀਕ ਹੈ, ਆ ਸ਼ਰਮਾ ਗਈ ਕੇ, ਚਲੋ ਵੀ ਹੁਣ ਆਪਾਂ ਕਰਦੇ ਕੰਮ ਕਰ, ਫਿਰ ਕਰਦੇ ਹਾਂ ਵਲੌਗ ਨੂੰ ਅੱਗੇ ਕੰਟੀਨਿਊ, ਜੇ ਤੁਹਾਨੂੰ ਸਾਰਿਆਂ ਜਿਵੇਂ ਕਿ ਪਤਾ ਹੀ ਆ ਹਨਾ, ਪੀਤਰੀ ਦਾ ਲੱਗ ਚੁੱਕਿਆ ਗਾ ਵੀਜ਼ਾ, ਇਹ ਦੀਦੀ ਤਾਂ ਪੂਰੀ ਖੁਸ਼ ਹੈਗੀ ਵੀ ਮੈਂ ਅਮਰਿੰਦਰ ਦੀਦੀ ਤੋਂ ਪਹਿਲਾਂ ਵਗ ਜਾਣਾ ਕੈਨੇਡਾ, ਸਾਨੂੰ ਤਾਂ ਸੀਗਾ ਪਹਿਲਾਂ ਬੱਬੂ ਦੀਦੀ ਜਾਊਗੀ, ਹੁਣ ਅਮਰਿੰਦਰ ਦਾ ਬੱਬੂ ਵੀ ਹੋ ਗਈ, ਇੱਕ ਲਾਈਨ ਬੱਬੂ ਦੀਦੀ ਕਦੇ ਅਮਰਿੰਦਰ ਦੀਦੀ ਕਦੇ ਬੱਬੂ ਦੀਦੀ, ਬੱਬੂ ਦੀਦੀ ਥੋੜੀ ਜਿਹੀ ਸੈਡ ਆ ਗਈ ਕਿਉਂਕਿ ਵੀ ਇਹ ਆ ਕੀ ਕਰਦੀ ਐ ਸਰੀਨ ਕੈਮਰੇ ਵਾਲਿਆਂ ਨੇ ਵੀ ਹਨਾ, ਪਿਤਾ ਜੀ ਮੈਥੋਂ ਪਹਿਲਾਂ ਆਉਂਦੇ ਬੱਬੂ ਦੀ, ਤਾਂ ਥੋੜੀ ਜਿਹੀ ਸੈਡ ਆ ਗਈ ਵੀ ਅਸੀਂ ਤਾਂ ਖੁਸ਼ ਹੀ ਆ, ਜਿਹੜਾ ਮਰਜ਼ੀ ਵਗ ਜੇ ਕੈਨੇਡਾ, ਸਾਨੂੰ ਤਾਂ ਬੁਲਾ ਲਿਓ ਵੀ, ਬੁਲਾ ਲਿਓ ਪਿਤਾ ਦੀਦੀ, ਆਹ ਬੇਸ਼ਰਮ ਜੀ ਇਹਨਾਂ ਨੇ ਰਿੰਗੂਗੀ ਉਦੋਂ, ਬੁਲਾ ਲਿਓ, ਰੋਂਦੀ ਨਾ ਤੂੰ, ਬੀਤੇ ਤੂੰ ਪੀ ਗਿਆ ਸੀ ਇੱਕ ਦਿਨ, ਇਹਨੂੰ ਬੱਬੂ ਦੇ ਵਿਆਹ ਤੇ ਰੋਏਗੀ, ਹਾਂ ਮੈਨੂੰ ਆਖੇ ਬੱਬੂ ਦੇ ਵਿਆਹ ਤੇ ਰੋਏਗੀ, ਕਹੀਂ ਵਿਆਹ ਤੇ ਕੋਈ ਰੋਣ ਵਾਲੀ ਗੱਲ ਨਹੀਂ,
ਚੰਗਾ ਫਿਰ ਤੈਨੂੰ ਉਹਦੇ ਚ ਤੋਰਾਂਗੇ ਜਿਹੜੀ ਐਡੀ ਕੁ ਬਣਾਉਂਦੇ ਹੁੰਦੇ ਲੋਕ। ਮੰਮੀ ਬੱਬੂ ਦੇ ਮੂੰਹ ਤੇ ਹੱਥ ਲਾਉਣ ਲੱਗ ਗਈ, ਬੱਬੂ ਦਵੇ ਨਾ ਉੱਠ ਕੇ ਪਰਾਂ ਹੋ ਗਈ। ਜਦੋਂ ਬੱਬੂ ਤੂੰ ਬਾਹਰ ਜਾਵੜਾ ਤੈਨੂੰ ਗੰਢੇ ਮਿਲਣੀ ਨਾ ਉੱਤੇ, ਫੇਰ ਆ ਕਰ ਹੈ ਮੰਮੀ ਮੈਂ ਇਹ ਚ ਵੀ ਪਾਉਣਾ ਸੀ ਫਲਾਣੀ ਚੀਜ਼ ਪਾਉਣੀ ਸੀ ਕਾਲਿਆਂ ਦੀ ਵਾਲੀ ਸੀ ਭੂਕ ਵਾਲੇ ਗੰਢੇ ਨੇ ਆਪਣੀ ਤਰ ਭੱਜ ਗਈ। ਆ ਦੇਖੋ ਕਿੰਨੇ ਡਿਸਟੈਂਟ ਤੇ ਬੈਠੀ ਹੁਣ ਮੈਂ ਪਹਿਲਾਂ ਕੀਤਾ ਸੀ ਤੇ ਮੈਂ ਤਾਂ ਡੈਡੀ ਮੈਨੂੰ ਆ ਟੋਕਰਾ ਲਿਆ ਚੱਕ ਕੇ ਤੇ ਭਰਿਆ ਪਿਆ ਸੀ ਤੋੜ। ਹਾਂਜੀ ਹਾਂਜੀ ਤੇ ਮੈਂ ਨਹੀਂ ਉਹ ਮੈਂ ਧੋਤੇ ਵੀ ਹੱਥ ਮੈਂ ਰੋਟੀਆਂ ਪਕਾ ਲਣਾ ਬਦਬੋ ਆਂਟੀ ਮੰਮੀ ਨੇ ਬੱਬੂ ਦਾ ਮੂੰਹ ਜੇ ਤੇ ਹੱਥ ਜੇ ਲਾਏ ਜੋ ਬੱਬੂ ਨੂੰ ਗੰਢੇ ਦੇ ਲਾਏ ਬੱਬੂ ਉੱਠ ਕੇ ਪਰਾ ਆਂਟੀ ਬੇਇੱਜ਼ਤੀ ਇੱਧਰ ਦੇਖੋ ਉਹ ਤਾਂ ਚੁੰਗਦੀ ਆ ਉਹ ਤਾਂ ਚੁੰਗਦੀ ਆ ਸਰ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਵੀ ਆਪਣਾ ਬੀਜ ਆ ਗਿਆ ਵਿਦਆਊਟ ਕੈਮਰਾ ਰਿਐਕਸ਼ਨ ਦਿਨੇ ਬਿਨੇ ਦਿਓ ਆਪਾਂ ਨੂੰ ਕੈਮਰੇ ਜੀਨੂੰ ਤਾਂ ਫਿਰ ਮਗਰ ਜਾਊ ਜੀਨੂੰ ਕਹਿੰਦੀ ਐ ਕਰੋ ਕਹਿੰਦੀ ਦੋਨਾਂ ਚ ਕੋਈ ਮਰਜ਼ੀ ਪਹਿਲੇ ਜਾਵੜੇ ਪਰ ਮੇਰਾ ਵੀਜ਼ਾ ਲਵਾ ਦਿਓ ਕਹਿੰਦੀ ਨਾਲ ਹੀ ਰਹਿਣਾ ਤੁਹਾਡੇ ਹਾਂ ਨਾਲ ਹੀ ਰਹਿਣਾ ਇਹਨੇ ਦੋ ਮਹੀਨੇ ਜਾਂਦਾ ਪਹਿਲਾਂ ਵੀ ਦੋ ਮਹੀਨੇ ਦਸੰਬਰ ਤੇ ਜਨਵਰੀ ਫਰਵਰੀ ਮਾਰਚ ਚ ਫੇਰ ਆ ਗਈ ਬੱਬੂ ਬੈਠਣ ਲੱਗੇ ਪੀੜੀ ਖਿੱਚ ਲਈ ਬੱਬੂ ਤਾਂ ਮਜੀ ਮੈਂ ਅਮਰਿੰਦਰ ਤਾਂ ਸੁੱਤੀ ਪਈ ਸੀ ਸਰਾਣੀ ਵਿੱਚ ਬੱਬੂ ਕੱਲੀ ਰਹਿ ਜਾਂਦੀ ਸੀਗੀ ਕੋਈ ਨੀ ਬੱਠਲਾਂ ਦੇ ਵਿੱਚ ਦਾਣਾ ਪਾਈ ਜਾਣਾ ਇਹਨੇ ਫਿਰ ਲਾਲਚ ਲੱਗਣਾ ਪੂਰਾ ਵਧੀਆ ਗੱਲ ਤਾਂ ਸੁਣ ਲਾ ਇਹ ਤਾਂ ਕੋਈ ਸ਼ੱਕ ਨੀ ਬੱਬੂ ਬੀੜੀ ਬਦਲਤੀ ਇਹਨਾਂ ਨੇ ਇਹ ਬੱਬੂ ਮੈਂ ਤੇ ਰੁਬੀ ਕੱਟੀਆਂ ਲੈਂਦੀਆਂ ਸੀਗੀਆਂ ਤੇ ਇਹ ਤੇਰਾ ਪਿੱਛਾ ਕਰਦੀਆਂ ਹੁਣ ਤੇਰੇ ਬੋਡੀ ਗਾਰਡ ਹੁਣ ਤੇਰੇ ਤੂੰ ਕਹਿਆ ਕਰ ਮੇਰੀਆਂ ਚੁਗਲੀਆਂ ਕਰਦੇ ਮੇਰੀਆਂ ਚੁਗਲੀਆਂ ਕਰਦੇਗਾ ਤੁਸੀਂ ਬੱਬੂ ਨਾਲ ਹੈਂ ਤੂੰ ਸਾਡੀ ਪਹਿਲਾਂ ਕਿਉਂਟੀ ਸੀ ਤੁਸੀਂ ਸਾਡੀ ਕਿਉਂਟੀ ਵੀ ਦੀਆਂ ਕਰਦੀ ਮੈਂ ਵੀ ਹੋ ਜਾਂਦਾ ਆਹੋ ਫਿਰ ਬੱਬੂ ਨੇ ਐਵੇਂ ਕਹਿਣਾ ਤੁਸੀਂ ਮੰਜਾ ਵੀ ਰੋਕ ਦਿੰਦੀ ਸੀ ਭੂਆ ਇੱਥੇ ਪਊਗੀ ਮੇਰੇ ਮੰਜੇ ਤੇ ਮੇਰੇ ਨਾਲ ਮੰਜੇ ਤੇ ਪਊਗੀ ਨਾਲ ਹੀ ਬੈਠ ਲੈਂਦੀ ਕਹਿੰਦਾ ਵੀ ਸੁਣ ਮੇਰੇ ਇੱਧਰ ਭਾਗ ਗਏ ਅੱਜ ਨਾ ਮੇਰੇ ਇੱਧਰ ਬਈ ਕੌਣ ਕਹਿੰਦਾ ਵੀ ਸਬਰੀਨ ਕੰਮ ਨਹੀਂ ਕਰਦੀ ਲੈ ਦੇਖ ਲੋ ਚੱਲ ਡੋਂਗ ਕੇ ਤਾਂ ਦਿਖਾ ਦੇ ਇੱਕ ਪ੍ਰੈਕਟਿਸ ਕਰਾ ਦੇਵਾਂਗੇ ਅਸੀਂ ਥੋੜੇ ਜਿਹੇ ਚਿਰਚੀ ਪੁੱਤ ਸਾਰੇ ਭੂਆ ਕਹਿੰਦੀ ਆਓ ਇਹਨੂੰ ਕੰਮ ਤੇ ਲਾਇਆ ਕਰੋ ਸਿੱਖਿਆ ਕਰ ਜਿਵੇਂ ਤੇਰੀ ਮੰਮੀ ਵਰਗਾ ਮੈਂ ਇੱਥੇ ਲਿਆਉਂਦੇ ਖੇਤ ਤੋਂ ਡੁੰਗਿਆ ਕਰ ਕੋਲੇ ਬੈਠ ਕੇ ਉਹ ਖੜ ਜਾ ਮੰਮੀ ਤੂੰ ਸੁਣੀ ਥੱਲੇ ਕਰਕੇ ਡੋਂਗ ਕੇ ਦਿਖਾ ਰਿਕਾਰਡ ਤਾਂ ਹੋਈ ਨਹੀਂ ਕਿਵੇਂ ਡੋਂਗਦੀਆਂ ਚੱਲ ਨਾ ਡੁੰਗਿਆ ਕਰ ਸਾਡੇ ਤੇ ਡੁੰਗਦੇ ਨਾ ਘਰੇ ਡੁੰਗਿਆ ਕਰ ਚੱਲ ਕੋਈ ਨਹੀਂ ਸਿੱਖ ਜਾ ਤੂੰ ਘਰ ਜਾ ਕੇ ਨਾ ਚੱਲ ਇੱਧਰ ਨੂੰ ਕਰੀ ਇਹ ਸਿਖਾ ਦੇਣਾ ਫਿਰ ਕਈਆਂ ਨੂੰ ਪਤਾ ਨਹੀਂ ਮੈਂ ਇੱਥੇ ਕਿਵੇਂ ਡੋਂਗਦੇ ਹੁੰਦੇ ਆ ਕੌਣ ਕਹਿੰਦਾ ਵੀ ਆਉਂਦੇ ਆ ਸਾਰਿਆਂ ਨੂੰ ਕਈਆਂ ਨੂੰ ਨਹੀਂ ਵੀ ਆਉਂਦੇ ਹੁੰਦੇ ਮੰਮੀ ਬਾਈ ਸਿੱਖ ਵੀ ਲੈਂਦਾ ਹੁੰਦਾ ਨਾ ਕੋਈ ਆਪਣੇ ਵਲੌਗ ਚ ਦੇਖ ਕੇ ਵੀ ਜਿਹਨੂੰ ਨਹੀਂ ਡੰਗਣੇ ਆਉਂਦੇ ਜਵਾਕਾਂ ਨੂੰ ਹੁਣ ਇਹਦੇ ਜਿਹੜੇ ਜਵਾਕਾਂ ਨੂੰ ਕਿੱਥੇ ਆਉਂਦੇ ਮੇਥੇ ਡੰਗਣੇ ਬੱਚੇ ਉਹ ਕਿਹੜਾ ਕੋਈ ਦਾਲਾਂ ਧਰਦੇ ਵਿਚਾਰੇ ਹੁਣ ਤੂੰ ਆਇਆ ਵੀ ਛੋਟੀ ਜੀ ਸਾਰੇ ਕੰਮ ਲੱਗ ਜਾਏਗੀ ਜੇ ਲੱਗੀ ਰਹੇ ਹੋਰ ਕੀ ਰੋਟੀ ਪਕਾਉਣੀ ਇਹਨੂੰ ਆ ਗਈ ਪੇੜੇ ਕਰਨੇ ਇਹਨੂੰ ਆ ਗਏ ਹੈਂ ਹੈ ਨਹੀਂ ਡੰਡਗਾ ਕਿੱਥੇ ਜਿਹੜੇ ਪਿਛਲੀ ਵਾਰੀ ਸਾਡੇ ਮੇਥੇ ਸੀਗੇ ਉਹਦਾ ਮੀਂਹ ਚ ਤਰ ਕੇ ਓਏ ਤੇ ਪਹਿਲੇ ਕਹਿੰਦੀ ਮੰਮੀ ਇਹਦੀ ਤੇਰੀ ਆਂਟੀ ਲਾਊ ਮੇਰਾ ਕਿਹੋ ਜਿਹਾ ਕਹੂਗੀ ਤਾਂ ਸਹੀ ਬਈ
ਫਿਰ ਮੈਂ ਇਹਨੂੰ ਨਹੀਂ ਉਹ ਸੁੱਕੇ ਵੀ ਜੇ ਚੱਕਣ ਨਹੀਂ ਦਿੱਤੇ ਆ ਵੀ ਰਹਿਣ ਦੇ ਜ਼ਰੂਰ ਸਿੱਟ ਕੇ ਆ ਮੰਮੀ ਆਂਟੀ ਮੇਰੀ ਗੱਲ ਸੁਣ ਤੂੰ ਇਹ ਤੂੰ ਗੱਲ ਸੱਚੀ ਦੱਸੀ ਜਦੋਂ ਆਪਾਂ ਜਿਹੜੇ ਮੇਥੇ ਸੀਗੇ ਜਦੋਂ ਉਹਨਾਂ ਚ ਮੀਂਹ ਦਾ ਪਾਣੀ ਪੈ ਗਿਆ ਸੁੱਕ ਕੇ ਸਮੈਲ ਨਾ ਆਊਗੀ पली उत्ते मैं गेट खोल के देख के अद्धी रात नूं झूठ मारी जांदी है हाँ वो तो पता ही इनू भी इन्हें तो उठने दर मैं तड़के कहीं कहीं तेरी आंटी करूगी काम मेरा कहूगी थोड़ा तो मैं इतने भी नहीं समय कोई नहीं तू इधर रखा हाँ इतने सेट भी अपन कोई नहीं चुनिया एक पल्ली मम्मी ने एक दिन सच एक दिन ही सिखाए क्यों मैं तेरी दुश्मन जा मैं तेन दस तक क्यूट तीन सदर सदगे क्यूट तीन सद मैं करूंगी हां चल जा बब्बू दीदी ओहो वीरवार होने खड़ी बब्बू दीदी तुसी क्यों कहो जो आवाज तू मरी क्यूटी तेरे आखे आऊगी की चुगली की दस दे मेथे नु हाथ नहीं लाना तू ऐ कहना बाबू तेनू हां बाबू नु तू ना मेथे नु हाथ लाई देख देख ए जो निकम्मा जवाक भी नहीं होना चाहिए जान के ओदे कान च आए गल कही है कहंदा कही तू मेथे ना डुंगी आपां पीते दी नूं लावांगे नहीं मैनूं पता अज मैनूं साल तेरे शैतानियां दा पता लग गया हुंदा सबरीन नहीं आखा है आखा आजा आजा हुण तेरी सीक्रेट करा मेरे को जबली आ ए देखो किदे वजूगी ए आजा सुरीन भाई दो मेथे डोंग देखा दोनों च बेड़े पैण गए मैं तुम दसता लै कंटकाला जी नू तुम इथे जेडी सीगी ओह भी लै गई चल आ जा जिनी स्पीड हो।
ਕੰਮ ਕਰ ਲੈ 2 ਰੁਪਿਆ ਦਾ ਤੂੰ ਬੱਬੂ ਨੂੰ ਆਦੀ ਨਾ ਇੱਕ ਵਾਸਤੇ ਤੂੰ ਮੇਥੇ ਦਾ ਉਹ ਡੱਕਾ ਜਾਂ ਡੁੰਗ ਦੇ ਕਹਿੰਦੀ ਬੱਬੂ ਪੀ ਤੈਨੂੰ ਮੈਂ ਆਪੇ ਲਾ ਲੂੰਗੀ ਤੇ ਉਹਨੂੰ ਆਦੀ ਹੌਲੀ ਹੌਲੀ ਡੁੰਗੀ ਚੱਲ ਬਸ ਇੱਕ ਅੱਧਾ ਡੁੰਗ ਦਿਆ ਕਰ ਤੇ ਉਹਦੇ ਦੇਖ ਲਓ ਜਮਾਂ ਹੀ ਸਲੋ ਮੋਸ਼ਨ ਤੇ ਲੱਗੀ ਵੀ ਦੇਖੋ ਵੇਖ ਉਧਰ ਸਿੱਖਦੀ ਆ ਹਾਂ ਸਿੱਖਿਆ ਲੈਂਦੀ ਆ ਤੇਰੇ ਕਾ ਸਰਚ ਕੋ ਜੂਆ ਬੰਗਾ ਬੰਗਾ ਜੂਆ ਪਾਏਗਾ ਸਰਚ ਚੱਕੜਾ ਲਾਂਗੇ ਜੂਆ ਦਾ ਕੀ ਆ ਹਾਂ ਅੱਜ ਤਾਂ ਸਾਫ ਸਾਫ ਪਈ ਐ ਹਾਂ ਨਾਤੀ ਵੀ ਅੰਮੀ ਐ ਮੁਸਕੀ ਵੀ ਨਹੀਂ ਨਾਤੀ ਨਾ ਕੀ ਲੱਗਦੀਆਂ ਤਰੀਆਂ ਉਹ ਮੇਰੇ ਦਰ ਮਾਮੀ ਲੱਗਦੀ ਮਾਮੀਆਂ ਲੱਗਦੀਆਂ ਮਾਮੀਆਂ ਜੀ ਆ ਜੀ ਆ ਤਾਂ ਹੁੰਦਾ ਨਹੀਂ ਜੀ ਆ ਤਾਂ ਜੰਤੂ ਹੁੰਦਾ ਜੀ ਆ ਜੰਤੂ ਪਸ਼ੂ ਪੰਛੀ ਗੈਸ ਮਾਮੀ ਇਹ ਗੈਸ ਮਾਮੀ ਐ ਨਹੀਂ ਕਰਦੀ ਤੁਸੀਂ ਬਾਲਗਾ ਨਹੀਂ ਸਿਆਣਗਾ ਜੇ ਤੂੰ ਜੇ ਮੈਂ ਕਰਦੀ ਨਹੀਂ ਆ ਬੱਬੂ ਉਹਦਾ ਪਹਿਲਾਂ ਹੀ ਪਾਲਦੀ ਸੀਗੀ ਲੈ ਨਹੀਂ ਕੰਮ ਆ ਜੇ ਸ਼ੁਰੂ ਨਹੀਂ ਕੀਤਾ ਪਹਿਲਾਂ ਜ਼ਿਆਦਾ ਟਾਈਮ ਹੋ ਗਿਆ ਇਹਨਾਂ ਦਾ ਅਸੀਂ ਦਿਹਾੜ ਕਰਦੇ ਚਾਹ ਦਾ ਟਾਈਮ ਹੋ ਗਿਆ ਇਹਦੀ ਮੰਮੀ ਨੂੰ ਕਹਿੰਦੀ ਬੈਗ ਲਿਆ ਦੇ ਮੈਂ ਕਿਹਾ ਬੈਗ ਤਾਂ ਸਾਡੇ ਕੋਲ ਪਏ ਆ ਆਦੀ ਮੈਂ ਤੇਰੇ ਲੱਗ ਹੀ ਰੋਣ ਆਦੀ ਪੂਆ ਕਹਿੰਦੀ ਲਿਆਵਾਂਗੇ ਲਿਆਵਾਂਗੇ ਕਹਿੰਦੀ ਪਰ ਰੋਣਾ ਸਮੀਰ ਫੋਨ ਕਰਦੀ ਹੈ ਆਖਿਰਕਾਰ ਜੀ ਅਸੀਂ ਬੱਬੂ ਜੀ ਨੂੰ ਵੀ ਲਾ ਲਿਆ ਤੇ ਪੀਤੇ ਜੀ ਨੂੰ ਤਾਂ ਮਗਰ ਲੱਗਣਾ ਹੀ ਪਊਗਾ ਬੱਬੂ ਜੀ ਦੀ ਬਹੁਤ ਜ਼ਿਆਦਾ ਸਿਆਣੀ ਇੱਕ ਕੁੜੀ ਆ ਸਾਡੀ ਬਹੁਤ ਜ਼ਿਆਦਾ ਵਧੀਆ ਇੱਕ ਕਿਊਟੀ ਕੁੜੀ ਹੈਗੀ ਗਰਲ ਹੈ ਕਿਊਟੀ ਗਰਲ ਇਹ ਮੇਰੀ ਸਾਰੀ ਗੱਲ ਮੰਨ ਕੇ ਹਨਾ ਲੱਗ ਗਈ ਹੈ ਕਰਨ ਉੱਧਰ ਫੋਨ ਆਇਆ ਪਿਆ ਫਿਰ ਪੀਤੇ ਜੀ ਕਹਿੰਦੀ ਹਰੇ ਨਾ ਵਲੌਗ ਬਣਾ ਵੀ ਫੋਨ ਆਇਆ ਪਰ ਮੈਂ ਉਹਦੀ ਗੱਲ ਹੀ ਨਹੀਂ ਮੰਨੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਹੋਗੇ ਤੇ ਬਾਕੀ ਸਾਰਿਆਂ ਨੂੰ ਅੱਜ ਪਤਾ ਹੀ ਹੈ ਵੀ ਅੱਜ ਹੈਗਾ ਫਸਟ ਆਫ ਅਪ੍ਰੈਲ ਤੇ ਫਸਟ ਆਫ ਅਪ੍ਰੈਲ ਨੂੰ ਆਪਾਂ ਵਲੌਗ ਸ਼ੂਟ ਕੀਤਾ ਕਿਹੜਾ ਦਿਨ ਕੈਸਾ ਲਗਾ ਮੇਰਾ ਮਜ਼ਾਕ ਸਾਰੇ ਜਣੇ ਕਹਿੰਦੇ ਨੂੰ ਪ੍ਰੈਂਕ ਕਰੋ ਪ੍ਰੈਂਕ ਕਰੋ ਪ੍ਰੈਂਕ ਕਰੋ ਘਰਦਿਆਂ ਦਾ ਕੋਈ ਪ੍ਰੈਂਕ ਚੱਲਦਾ ਨਹੀਂ ਫਿਰ ਮੈਂ ਕਿਹਾ ਨਾਲੇ ਤਾਂ ਅਪ੍ਰੈਲ ਫੂਲ ਬਣਾ ਦਿੰਦੇ ਨਾਲੇ ਪ੍ਰੈਂਕ ਕਰ ਦਿੰਦੇ ਕੁਛ ਮਰਜ਼ੀ ਸਮਝ ਲਿਓ ਹਨਾ ਤੇ ਬਾਕੀ ਜਿਹਨਾਂ ਨੂੰ ਤਾਂ ਅੱਜ ਪਤਾ ਸਾਰਿਆਂ ਨੂੰ ਹਨਾ ਫਸਟ ਆਫ ਅਪ੍ਰੈਲ ਆ ਤਾਂ ਸਟਾਰਟਿੰਗ 'ਚ ਸਮਝ ਗਏ ਹੋਣਗੇ ਸਾਡੀ ਹਾਸੀ ਦੇਖ ਕੇ ਇਹਨੂੰ ਇਹ ਮਸਾ ਟਕਾਇਆ ਮੈਨੂੰ ਤਾਂ ਅੱਜ ਕਿਸੇ ਗੱਲ 'ਚ ਕਹਿ ਨਾ ਦੇਵੇ ਵੀ ਫਸਟ ਆਫ ਅਪ੍ਰੈਲ ਅੱਜ ਤੇ ਫਿਰ ਮੈਂ ਚੱਲ ਸੋਚਿਆ ਮੈਂ ਕਿਹਾ ਚੱਲ ਕੋਈ ਨਹੀਂ ਵੀਡੀਓ ਰਿਕਾਰਡ ਕਰਦੇ ਹਾਂ ਜੇ ਨਿਕਲ ਗਿਆ ਤਾਂ ਫਿਰ ਕਹਿ ਦਿੱਤਾ ਤਾਂ ਫਿਰ ਐਡਾ ਵੀ ਨਹੀਂ ਕੋਈ ਚੱਕਰ ਆਪਾਂ ਵਲੌਗ ਉੱਦਾਂ ਹੀ ਪਾ ਦੇਣਾ ਹਨਾ ਤੇ ਬਟ ਆਪਣਾ ਜਿਹੜਾ ਹੈਗਾ ਮੇਰੇ ਦਾ ਪਲਾਨ ਹੈਗਾ ਸਕਸੈਸਫੁਲ ਹੋ ਗਿਆ ਜੇ ਹੋਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੰਨਾ ਕਿੰਨਾ ਨੂੰ ਸੱਚ ਲੱਗਿਆ ਸੀਗਾ ਵੀ ਵਾਕਈ ਮੇਰਾ ਦਿਲ ਕੁਛ ਨੇ ਵੀ ਮੇਰੇ ਦਾ ਅਪ੍ਰੈਲ ਫੂਲ ਬਣਾਇਆ ਇੱਕ ਦੋ ਜਣੇ ਨੇ ਉਹ ਤੁਸੀਂ ਉਹਦੇ ਵਲੌਗ 'ਚ ਦੇਖੋ ਉਹ ਤੁਸੀਂ ਦਿਲ ਕੁਛ ਦੇ ਵਲੌਗ ਕਾਮਯਾਬ ਹੋਇਆ ਕਿ ਨਹੀਂ ਹੋਇਆ ਕਿ ਨਹੀਂ ਸਕਸੈਸਫੁਲ ਹੋਇਆ ਕਿ ਨਹੀਂ ਆਪਾਂ ਥੋੜੇ ਸਾਰਿਆਂ ਨਾਲ ਅਪ੍ਰੈਲ ਫੂਲ ਵਾਲਾ ਪ੍ਰੈਂਕ ਕੀਤਾ ਸੀਗਾ ਹਨਾ ਤੇ ਦਿਲ ਕੁਛ ਨੇ ਪਾਲ ਸਾਡੀ ਕੀਤਾ ਸੀ ਨਹੀਂ ਨਹੀਂ ਦਿਲ ਕੋ ਦਾ ਵਲੌਗ ਤਾਂ ਕਰ ਲੂੰਗਾ ਦਿਲ ਕੋ ਦਾ ਵਲੌਗ ਕਰ ਲੂੰਗਾ ਆਪਣਾ ਆਪਾਂ ਫਸਟ ਆਫ ਅਪ੍ਰੈਲ ਨੂੰ ਇਹ ਸ਼ੂਟ ਕੀਤਾ ਤੇ ਫਸਟ ਆਫ ਅਪ੍ਰੈਲ ਨੂੰ ਆਪਾਂ ਅਪਲੋਡ ਕਰ ਦੇਣਾ ਬੇਹਾ ਨਹੀਂ ਕਰਨਾ ਜਮਾ ਵੀ ਆਪਾਂ ਹਨਾ ਤੇ ਫਿਰ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਐਂਡ ਇਹਦੇ ਚ ਕੋਈ ਖਾਸ ਨਹੀਂ ਸੀਗਾ ਬਸ ਉਹੀ ਜੇ ਬਣਾਇਆ ਸੀ ਅਸੀਂ ਹਾਂ ਖਾਸ ਬਾਕੀ ਐ ਵੀ ਜਿਹੜੀਆਂ ਗੱਲਾਂ ਬਾਤਾਂ ਸੀ ਉਹ ਕੀਤੇ ਹੋਈ ਸੀ ਮੰਮੀ ਵਰਗੇ ਨਾਲ ਨਾ ਪਰ ਮੰਮੀ ਵਰਗੇ ਨੇ ਤੁਹਾਨੂੰ ਮੰਮੀ ਵਾਲੀ ਵੀਡੀਓ ਦੇਖ ਕੇ ਵੀ ਥੋੜਾ ਥੋੜਾ ਸ਼ੱਕ ਹੋ ਗਿਆ ਹੋਣਾ ਵੀ ਜੇ ਵੀਜ਼ਾ ਆਇਆ ਹੋਵੇ ਤੇ ਮੰਮੀ ਨੇ ਕਹਿੰਦਾ ਅੱਛਾ ਫਿਰ ਚੱਲ ਕੋਈ ਨਹੀਂ ਵਧਾਂਗੇ ਤੇ ਅੱਜ ਸਬਰੀਨ ਦੇ ਮੰਮੀ ਡੈਡੀ ਦੀ ਹੈਗੀ ਮੈਰਿਜ ਮੈਰਿਜ ਐਨੀਵਰਸਰੀ ਹੈਪੀ ਮੈਰਿਜ ਐਨੀਵਰਸਰੀ ਕੁਆਰ ਬਣਾਉਣਾ ਸੀਗਾ ਹਨਾ ਵਾਈ ਦੱਸਣੀ ਇਹਦੇ ਚ ਨਹੀਂ ਦੱਸਣਾ ਉਹ ਉਹਦੇ ਵਲੌਗ ਚ ਦੇਖਣਗੇ ਕੋਈ ਦੇ ਵਲੌਗ ਚ ਦੇਖਣਗੇ ਆ ਦੇਖੋ ਜਵਾਕ ਇਹ ਹੁੰਦੇ ਸੁਬਾ ਵੀ ਇਹਨੂੰ ਮਸਾ ਟਕਾ ਕੇ ਰੱਖਿਆ ਵੀ ਕਿਸੇ ਨਾ ਕਿਸੇ ਗੱਲ ਚ ਬੋਲਣ ਦੇ ਵੀ ਕੁਛ ਨਾ ਕੁਛ ਮਸਾ ਇਹਨੂੰ ਸਮਝਾਇਆ ਤੇ ਹੁਣ ਵੀ ਮੈਨੂੰ ਸਮਝਾਈ ਇਹਨੇ ਵੀ ਆਪਾਂ ਇਹ ਚੀਜ਼ ਰਿਵੀਲ ਹੀ ਕਰਨੀ ਹੈ ਦਿਲ ਖੁਸ਼ ਦੇ ਵਲੌਗ ਚ ਆ ਕੇ ਦੇਖਣਗੇ ਵੀ ਕਿਹਦੇ ਕਿਹਨੂੰ ਅਪ੍ਰੈਲ ਫੂਲ ਅੱਜ ਬਣਾਇਆ ਸੀਗਾ ਬਹੁਤ ਤਕੜੀ ਸੀਗੀ ਬਟ ਚਲੋ ਕੋਈ ਗੱਲ ਨੀ
चलो कोई नी गाने च आपां तुहानूं जरूर रिप्लाई करांगे क्यूएनए ब्लॉग च विच। ते अज दे ब्लॉग दा आपां इत्थे ही करदे आं। वीडियो लाइक शेयर कमेंट जरूर करो ते चैनल नूं जरूर सबसक्राइब करो। नवी नवी वीडियोस देखण लई पहला आइकन कर। टिल देन बाय बाय, टेक केयर, गुड नाइट।